ਦੋਸਤੋ ਤੁਸੀਂ ਦੇਖ ਰਹੇ ਹੋ ਲੋਕਅਵਾਇਟੀਵੀ ਤੇ ਮੈਂ ਮਨਿੰਦਰਜੀਤ ਸਿੱਧੂ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਮੇਰੇ ਨਾਲ ਦੋਸਤ ਦੇ ਘਰ ਬੇਟਾ ਪੈਦਾ ਹੋਇਆ ਉਹਨੇ ਉਹਦਾ ਨਾਮ ਕੀ ਰੱਖਿਆ ਉਹ ਮੈਂ ਤੁਹਾਨੂੰ ਦੱਸਦਾ ਕਿ ਉਹਨੇ ਉਹਦਾ ਨਾਮ ਰੱਖ ਦਿੱਤਾ ਹੈ ਮੀਤ ਪ੍ਰਧਾਨ ਸਿੰਘ ਤੁਸੀਂ ਸੋਚਦੇ ਹੋਗੇ ਅਜੀਬ ਨਾਮ ਇਹ ਨਾਮ ਕਿਉਂ ਰੱਖਿਆ ਉਹਦਾ ਕਾਰਨ ਮੈਂ ਤੁਹਾਨੂੰ ਦੱਸਦਾ ਮੈਂ ਉਹਦੇ ਨਾਲ ਗੱਲਬਾਤ ਕੀਤੀ ਮੈਂ ਕਿਹਾ ਵੀ ਤੁਸੀਂ ਇਸਦਾ ਨਾਮ ਮੀਤ ਪ੍ਰਧਾਨ ਸਿੰਘ ਕਿਉਂ ਰੱਖਿਆ ਉਹ ਕਹਿੰਦਾ ਵੱਡਾ ਹੋਣਾ ਹੈ ਨਹੀਂ ਵੱਡਾ ਹੋ ਕੇ ਕਿਸੇ ਨਾ ਕਿਸੇ ਪਾਰਟੀ ਜਾਊਗਾ ਜਾਂ ਸੰਸਥਾ ਜਾਊਗਾ ਸੰਸਥਾ ਜਾਊਗਾ ਪ੍ਰਧਾਨਗੀ ਦੀ ਛੜ ਖੂਗਾ ਇਹ ਸਾਡੇ ਉਹ ਕਹਿੰਦਾ ਆਮ ਹੀ ਹੈ ਕਿ ਹਰ ਬੰਦਾ ਚਾਹੁੰਦਾ ਕਿ ਮੇਰੇ ਨਾਮ ਅਗਰ ਪ੍ਰਧਾਨ ਲਗੇ ਤੇ ਮੈਂ ਕਹਿੰਦਾ ਇਹ ਸੋਚ ਲਿਆ ਵੀ ਕੱਲੂ ਕਿਸੇ ਪੋਲੀਟੀਕਲ ਪਾਰਟੀ 'ਚ ਰਲੂਗਾ ਦੂਜੀਆਂ ਪਾਰਟੀਆਂ ਨਾਲ ਵਿਰੋਧ ਪੈਦਾ ਹੋਊਗਾ ਦੂਜੀਆਂ ਹੋਰ ਪੋਲੀਟੀਕਲ ਪਾਰਟੀਆਂ ਲੱਗਣਗੀਆਂ ਦੁਸ਼ਮਣੀਆਂ ਪੈਦਾ ਹੋਣਗੀਆਂ ਜੇ ਕਿਸੇ ਸੰਸਥਾ ਜਾਊਗਾ ਉੱਥੇ ਟਾਈਮ ਖਰਾਬ ਕਰੂਗਾ ਪ੍ਰਧਾਨਗੀ ਲੈਣ ਦੇ ਚੱਕਰ 'ਚ ਮੈਂ ਇਹਦਾ ਨਾਂ ਪਹਿਲਾਂ ਹੀ ਮੀਤ ਪ੍ਰਧਾਨ ਸਿੰਘ ਰੱਖਤਾ ਕਿ ਇਹਨੂੰ ਕੋਈ ਲੋੜ ਹੀ ਨਾ ਪਵੇ ਸਾਰੇ ਨੂੰ ਪ੍ਰਧਾਨ ਪ੍ਰਧਾਨ ਕਿਹਾ ਕਰਨ ਉਸ ਦੀ ਇਸ ਗੱਲ ਦੇ ਵਿੱਚੋਂ ਮੈਨੂੰ ਇਹ ਗੱਲ ਜ਼ਰੂਰ ਪਤਾ ਲੱਗੀ ਕਿ ਸਾਡਾ ਹਾਲਾਤ ਕੀ ਹੈ ਸਾਡੇ ਲੋਕਾਂ ਦੇ ਕਿੱਥੇ ਖੜੇ ਆ ਅਸੀਂ ਦੇਖਦੇ ਹਾਂ ਕਿ ਪੋਲਿਟਿਕਲ ਪਾਰਟੀਆਂ ਨੇ ਕਿੰਨੇ ਮੀਤ ਪ੍ਰਧਾਨ ਇੱਕ ਪ੍ਰਧਾਨ ਹੁੰਦਾ ਜ਼ਿਲ੍ਹਾ ਪ੍ਰਧਾਨ 10 ਮੀਤ ਪ੍ਰਧਾਨ 10 ਸੀਨੀਅਰ ਮੀਤ ਪ੍ਰਧਾਨ 10 ਜੁਆਇੰਟ ਮੀਤ ਪ੍ਰਧਾਨ ਜਦ ਦੁਆਇੰਟ ਸੈਕਟਰੀ ਮੈਂ ਇੱਕ ਵਾਰ ਕਿਸੇ ਦੋਸਤ ਨੂੰ ਪੁੱਛ ਲਿਆ ਮੈਂ ਕਿਹਾ ਵੀ ਜੁਆਇੰਟ ਸੈਕਟਰੀ ਦੇ ਕੰਮ ਕੀ ਹੈ ਉਹਨੂੰ ਪਤਾ ਹੀ ਨਾ ਮੈਂ ਕਿਹਾ ਵੀ ਤੂੰ ਲੱਗਿਆ ਐ ਤੈਨੂੰ ਪਾਰਟੀ ਨੇ ਲਾਇਆ ਵੀ ਤੈਨੂੰ ਕਿਤੇ ਬੁਲਾਇਆ ਤਾਂ ਹੋ ਵੀ ਪਾਈ ਜੁਆਇੰਟ ਸੈਕਟਰੀ ਤਰਾਹ ਕੰਮ ਹੈ ਉਹ ਕਹਿੰਦਾ ਨਹੀਂ ਪਾਰਟੀ ਨਹੀਂ ਵੀ ਕਦੇ ਨਹੀਂ ਕੋਈ ਸ਼ਾਕਿਆ ਤੇ ਮੈਨੂੰ ਵੀ ਨਹੀਂ ਪਤਾ ਵੀ ਇਹਦੇ ਕੰਮ ਕੀ ਹੈ ਤਾਂ ਦੋਸਤੋ ਇਹ ਆਮ ਹੀ ਤੁਸੀਂ ਦੇਖਿਆ ਹੋਣਾ ਕਿ ਤੁਹਾਡੇ ਸ਼ਹਿਰ ਦੇ ਵਿੱਚ ਬڑے ਸ਼ਹਿਰੀ ਮੀਤ ਪ੍ਰਧਾਨ ਹੋਣਗੇ ਸ਼ਹਿਰੀ ਸੀਨੀਅਰ ਮੀਤ ਪ੍ਰਧਾਨ ਹੋਣਗੇ ਸ਼ਹਿਰੀ ਜੁਆਇੰਟ ਸੈਕਟਰੀ ਹੋਣਗੇ ਜ਼ਿਲ੍ਹੇ ਦੇ ਜੁਆਇੰਟ ਸੈਕਟਰੀ ਹੋਣਗੇ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਹੋਣਗੇ ਜੇ ਤੁਸੀਂ ਉਹਨਾਂ ਨੂੰ ਕੰਮ ਪੁੱਛ ਲੋ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਮੇਰਾ ਕੰਮ ਕੀ ਹੈ ਤੇ ਅਸਲ ਵਿੱਚ ਕੰਮ ਹੁੰਦਾ ਵੀ ਕੁਛ ਨਹੀਂ ਉਹਦਾ ਇਹ ਇੱਕ ਪੂਸ਼ ਹੁੰਦੀ ਹੈ ਜੋ ਵਿਅਕਤੀ ਦੇ ਨਾਂ ਨਾ ਲਗਾ ਦਿੱਤੀ ਜਾਵੇ ਫਿਰ ਥੋੜਾ ਜਿਹਾ ਉਹ ਚੌੜਾ ਹੋ ਕੇ ਤੁਰਿਆ ਫਿਰਦਾ ਜਿਵੇਂ ਕਿਨੇ ਨੇ ਕਿ ਚੂਹੇ ਦੇ ਮਗਰ ਕਿਸੇ ਨੇ ਛੱਜ ਬਣਤਾ ਸੀ ਉਹ ਫਸ ਗਿਆ ਸੀ ਨਾ ਤਾਂ ਕਿਸੇ ਪਾਸੇ ਜਾਣ ਜੁਗਾ ਸੀ ਨਾ ਉਹ ਭੱਜਣ ਜੁਗਾ ਸੀ ਉਹ ਅੜ ਜਾਂਦਾ ਸੀ ਛੱਜ ਉਹਦਾ ਕਿਤੇ ਨਾ ਕਿਤੇ ਤਾਂ ਇਹ ਚੂਹੇ ਦੀ ਪੂਛ ਮਗਰ ਛੱਜ ਬਣਨ ਵਾਲੀਆਂ ਹੁੰਦੀਆਂ ਜੋ ਰਾਜਨੀਤਿਕ ਪਾਰਟੀਆਂ ਦੇ ਅਹੁਦੇ ਹੁੰਦੇ ਆ ਉਹ ਰਾਜਨੀਤਿਕ ਪਾਰਟੀਆਂ ਇਹਨਾਂ ਅਹੁਦਿਆਂ ਦੇ ਵਿੱਚ ਉਲਝਾ ਕੇ ਹੀ ਆਪਣੇ ਨਾਲ ਇੱਕ ਲੋਕਾਂ ਨੂੰ ਤੋਰੀ ਰੱਖਦੀਆਂ ਤੇ ਬਹੁਤੇ ਲੋਕ ਕੀ ਹੈ ਕਿ ਇਹਨਾਂ ਅਹੁਦਿਆਂ ਦੀ ਇਹਨਾਂ ਅਹੁਦਿਆਂ ਦੀ ਖਾਤਰ ਹੀ ਆਪਣਾ ਕੰਮ ਧੰਦਾ ਕਾਰੋਬਾਰ ਰੁਜ਼ਗਾਰ ਸਭ ਛੱਡ ਕੇ ਸਿਰਫ ਇਹ ਕਿ ਮੇਰੇ ਨਾਮ ਅਗਰ ਪ੍ਰਧਾਨ ਲੱਗ ਜੇ ਤੇ ਜਦ ਮੈਂ ਬਾਜ਼ਾਰ ਵਿੱਚ ਦੀ ਲੰਗਾ ਤਾਂ ਸਾਰੇ ਕਹਿਣ ਪ੍ਰਧਾਨ ਜੀ ਕੀ ਹਾਲ ਹੈ ਪ੍ਰਧਾਨ ਜੀ ਕੀ ਹਾਲ ਹੈ ਠੀਕ ਹੋ ਪ੍ਰਧਾਨ ਜੀ ਤਾਂ ਪ੍ਰਧਾਨ ਜੀ ਦੇ ਚੱਕਰ ਦੇ ਵਿੱਚ ਬੜਿਆਂ ਨੇ ਜ਼ਮੀਨਾਂ ਵੇਚ ਲਈਆਂ ਬੜਿਆਂ ਨੇ ਕਾਰੋਬਾਰ ਛੱਡ ਲਏ ਬੜਿਆਂ ਨੇ ਰੋਜੀ ਰੋਟੀ ਗਵਾਲੀ ਬਸ ਇਹ ਕਿ ਲੋਕ ਹੀ ਪੁੱਛਣ ਪ੍ਰਧਾਨ ਜੀ ਕੀ ਹਾਲ ਆ ਤਾਂ ਮੇਰੇ ਦੋਸਤ ਦੀ ਗੱਲ ਇੱਥੇ ਬਿਲਕੁਲ ਠੀਕ ਹੈ ਕਿ ਤੁਸੀਂ ਜੰਮ ਦੇ ਬੱਚੇ ਦਾ ਨਾਂ ਹੀ ਰੱਖ ਦਿਓ ਸੀਨੀਅਰ ਮੀਤ ਪ੍ਰਧਾਨ ਯੂਨੀਅਰ ਮੀਤ ਪ੍ਰਧਾਨ ਪ੍ਰਧਾਨ ਸੈਕਟਰੀ ਜੋ ਤੁਹਾਡਾ ਮਨ ਕਰਦਾ ਜਿਹੜਾ ਤੁਸੀਂ ਅਹੁਦਾ ਚਾਹੁੰਦੇ ਕਿ ਤੁਹਾਡੇ ਬੱਚੇ ਨੂੰ ਮਿਲੇ ਉਹਦਾ ਉਹਦੇ ਤੋਂ ਪਹਿਲਾਂ ਹੀ ਨਾਮ ਰੱਖ ਦਿਓ ਤਾਂ ਕਿ ਉਸ ਨੂੰ ਇਹ ਨਾਮ ਲਗਵਾਉਣ ਦੇ ਚੱਕਰ ਦੇ ਵਿੱਚ ਜਗਾ ਜਗਾ ਦੇ ਉੱਤੇ ਠੱਕੇ ਨਾ ਖਾਣੇ ਪੈਣ ਆਪਣਾ ਕੰਮ ਨਾ ਛੱਡਣਾ ਪਵੇ ਆਪਣੀ ਰੋਜ਼ੀ ਰੋਟੀ ਨਾ ਛੱਡਣੀ ਪਵੇ ਆਪਣੀ ਜ਼ਮੀਨ ਨਾ ਵੇਚਣੀ ਪਵੇ ਤੇ ਜਲਾਲਤਨਾ ਸੈਣੀ ਪਵੇ ਜਿਹੜੀਆਂ ਕਿ ਇਹਨਾਂ ਪ੍ਰਧਾਨੀਆਂ ਦੀਆਂ ਖਾਤਰ ਪਾਰਟੀਆਂ ਦੀ ਸੈਣੀ ਪੈਂਦੀ ਹੈ